दीदी कि तुहानू गुलाब दा फुल पसंद है? हाँ मैनू बहुत पसंद है गुलाब दा फुल, जिहड़ी उहदी खुशबू है मैनू खुशबू बहुत पसंद है गुलाब दे फुल। हाँ तोर ही है हाँ साडे घर च लगे होने उहदे दो तीन भांत दे गुलाब ने, ते उहदी जिहड़ी खुशबू है सवेरे ते शाम नू बड़ी ऐ महकण लग जांदा सारा घर। तुसीं इह क्यों पुछ रहे हो? क्योंकि मेरी आज दे थीम ही गुलाब दे फुल दे उत्ते आ। अच्छा सारी जानकारी गुलाब दे फुल नाल ही चक्की फिरदे आ तुसीं? हाँ जी। चलो जी फिर दसो जानकारी दिओ साडे दर्शकां। हाँ जी मैं थोनू पहला सवाल कर दी हां। हां जी मेरा पहला सवाल है गुलाब दे फुल दी किन्नियां प्रजातियां ने? गुलाब दे फुल दी किन्नियां प्रजातियां ने? अगर थानू भी इस सवाल दा जवाब पता तां कमेंट राही जरूर दो जी। हां जी सो इस गुलाब दे फुल दी जिहड़ियां प्रजातियां ने मैनू लगदा जित्थे तक मैं पढ़िया 100 जाति है। हां जी प्रजाति। हां जी हां जी मतलब 100 तों भी ज्यादा मन्नियां जांदियां ने इहदियां प्रजातियां मन्नियां जांदियां ने। हां 100 तों भी ज्यादा ਜਿੱਥੇ ਤੱਕ ਕਿ ਆਪਾਂ ਨੇ ਕੁਛ ਕਿਤੇ ਦੇਖਿਆ ਵੀ ਨਹੀਂ ਹੈ ਕਿ ਕੁਛ ਦੇ ਨਾਮ ਵੀ ਨਹੀਂ। ਮੈਂ ਤਾਂ ਜਿਹੜਾ ਇਹ ਜਿਹੜੇ ਕਿ ਲਾਈਟ ਗੁਲਾਬ ਹੁੰਦਾ ਜਾਂ ਡਾਰਕ ਜਾਂ ਚਿੱਟਾ ਪੀਲਾ ਇਹ ਕੁਛ ਕ ਦੇਖੇ ਨੇ ਮਤਲਬ 10 ਕ ਪ੍ਰਜਾਤੀਆਂ ਦੇਖੀਆਂ ਨੇ ਇਹਨਾਂ ਦੀਆਂ ਬਾਲਾ ਤਾਂ ਮੈਨੂੰ ਪਤਾ ਵੀ ਨਹੀਂ ਹੈਗਾ। ਠੀਕ ਹੈ ਤੁਹਾਡਾ ਇਸ ਜਵਾਬ ਠੀਕ ਆ। ਹਾਂਜੀ ਵੀਰਪਾਲ ਜੀ ਆਪ ਜੀ ਦਾ ਅਗਲਾ ਸਵਾਲ ਜੀ। ਹਾਂਜੀ ਮੇਰਾ ਅਗਲਾ ਸਵਾਲ ਆ ਗੁਲਾਬ ਦਾ ਵਿਗਿਆਨਿਕ ਨਾਮ ਕੀ ਹੈ? ਗੁਲਾਬ ਦਾ ਵਿਗਿਆਨਿਕ ਨਾਮ ਵੀ ਹੈਗਾ? ਹਾਂਜੀ अगर तुहानू भी इस सवाल का जवाब पता है कमेंट राही फटाफट जवाब दो जी। मैनू पसाउण च लगे हुए ने अज साडे वीरपाल जी फुल तैयारी खिच के आए ने देख लो भैणे भैण नू पसा रही है। जे थानू नहीं पता फुल्लां बारे तां साडी पूरी वीडियो जरूर देखो। हाँ और बच्चा नाल भी शेयर जरूर करना क्योंकि यह जानकारी है किते ना किते बच्चे नू पेपरां च जा किते होर आ सकती है तां कि वैसे जिहड़ा इह फेवरेट आ मैनू लगदा सब दा ही फेवरेट है गुलाब दा फुल है ना। हाँ जी सब दा फेवरेट आ। हाँ जी ਗੁਲਾਬ ਦੇ ਫੁੱਲ ਦਾ ਵਿਗਿਆਨਿਕ ਨਾਮ ਕੀ ਹੈ? ਸੋ ਗੁਲਾਬ ਦੇ ਫੁੱਲ ਦਾ ਵਿਗਿਆਨਿਕ ਨਾਮ ਹੈ ਜੀ ਰੋਜ਼ਾ। ਹਾਂਜੀ ਹਾਂਜੀ ਵੀਰਪਾਲ ਜੀ ਆਪ ਜੀ ਦਾ ਅਗਲਾ ਸਵਾਲ। ਹਾਂਜੀ ਮੇਰਾ ਅਗਲਾ ਸਵਾਲ ਹੈ ਚਿੱਟੇ ਰੰਗ ਦੇ ਗੁਲਾਬ ਨੂੰ ਕੀ ਕਿਹਾ ਜਾਂਦਾ ਹੈ? ਚਿੱਟੇ ਰੰਗ ਦੇ ਗੁਲਾਬ ਨੂੰ ਕੀ ਕਿਹਾ ਜਾਂਦਾ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਕਮੈਂਟ ਦੇ ਰਾਹੀਂ ਜਲਦੀ ਤੋਂ ਕਰੋ ਜਵਾਬ ਨੂੰ ਸੈਂਡ। ਔਰ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਕਿਤੇ ਨਾ ਕਿਤੇ ਪੇਪਰਾਂ ਵਿੱਚ ਜ਼ਰੂਰ ਆ ਸਕਦੀ ਹੈ। ਸੋ ਚਿੱਟੇ ਰੰਗ ਦੇ ਫੁੱਲ ਨੂੰ ਵੀਰਪਾਲ ਜੀ ਸੇਵਤੀ ਕਿਹਾ ਜਾਂਦਾ ਹੈ? ਹਾਂਜੀ ਬਿਲਕੁਲ ਸਹੀ ਜਵਾਬ ਹੈ ਜੀ। ਹਾਂਜੀ ਸੋ ਚਿੱਟੇ ਰੰਗ ਦਾ ਗੁਲਾਬ ਹੈ ਉਸ ਨੂੰ ਸੇਵਤੀ ਕਿਹਾ ਜਾਂਦਾ ਹੈ ਜੀ। ਹਾਂਜੀ ਹਾਂਜੀ ਵੀਰਪਾਲ ਜੀ ਆਪ ਜੀ ਦਾ ਅਗਲਾ ਸਵਾਲ। ਹਾਂਜੀ ਮੇਰਾ ਅਗਲਾ ਸਵਾਲ ਆ ਰੁੱਤ ਦੇ ਹਿਸਾਬ ਨਾਲ ਗੁਲਾਬ ਦੇ ਕਿੰਨੇ ਭੇਦ ਭਾਰਤ ਵਿੱਚ ਮੰਨੇ ਜਾਂਦੇ ਹਨ? ਰੁੱਤ ਦੇ ਹਿਸਾਬ ਨਾਲ ਭਾਰਤ ਵਿੱਚ ਗੁਲਾਬ ਦੇ ਕਿੰਨੇ ਭੇਦ ਮੰਨੇ ਜਾਂਦੇ ਹਨ? ਅਗਰ ਤੁਹਾਨੂੰ ਵੀ ਇਸ ਸਵਾਲ ਦਾ ਜਵਾਬ ਪਤਾ ਤਾਂ ਕਮੈਂਟ ਰਾਹੀਂ ਜ਼ਰੂਰ ਦੱਸੋ ਜੀ। ਕਈ ਲੋਕ ਕਹਿ ਦਿੰਦੇ ਨੇ ਕਿ ਕਮੈਂਟਾਂ ਕਰਦੇ ਹਾਂ ਅਸੀਂ ਸਾਨੂੰ ਦੇਰ ਹੋ ਜਾਂਦੀ ਹੈ ਤੇ ਤੁਸੀਂ ਆਂਸਰ ਪਹਿਲਾਂ ਦੇ ਦਿੰਦੇ। ਹਾਂਜੀ ਹਾਂਜੀ ਸੋ ਆਪ ਜੀ ਜਿਹੜੀ ਵੀਡੀਓ ਨੂੰ ਪਹੁੰਚ ਕਰਕੇ ਵੀ ਆਂਸਰ ਦੇ ਸਕਦੇ ਹੋ। ਹਾਂਜੀ ਸੋ ਰੁੱਤ ਦੇ ਹਿਸਾਬ ਨਾਲ ਵੀਰਪਾਲ ਜੀ ਦੋ ਭੇਦ ਮੰਨੇ ਜਾਂਦੇ ਹਨ। ਹਾਂਜੀ ਸਦਾ ਗੁਲਾਬ ਅਤੇ ਚੇਤੀ। ਹਾਂਜੀ ਬਿਲਕੁਲ ਸਹੀ ਜਵਾਬ ਸਹੀ ਹੈ ਜੀ। ਹਾਂਜੀ ਸੋ ਇਸ ਸਵਾਲ ਦਾ ਜਵਾਬ ਆ ਜੀ ਸਦਾ ਗੁਲਾਬ ਅਤੇ ਚੇਤੀ। ਹਾਂਜੀ ਵੀਰਪਾਲ ਜੀ ਆਪ ਜੀ ਦਾ ਅਗਲਾ ਸਵਾਲ। ਹਾਂਜੀ ਮੇਰਾ ਅਗਲਾ ਸਵਾਲ ਹੈ ਚੇਤੀ ਗੁਲਾਬ ਦੇ ਕੀ ਲਾਭ ਨੇ? ਚੇਤੀ ਗੁਲਾਬ ਦੇ ਕੀ ਲਾਭ ਹਨ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਕਰੋ ਕਮੈਂਟ ਜੀ। ਸੋ ਚੇਤੀ ਗੁਲਾਬ ਦੇ ਮੈਂ ਜਿੱਥੇ ਤੱਕ ਪੜ੍ਹਿਆ ਚੇਤੀ ਗੁਲਾਬ ਤੋਂ ਇੱਕ ਤਾਂ ਦਵਾਈਆਂ ਬਣਦੀਆਂ ਨੇ ਜੀ। ਹਾਂਜੀ ਤੇ ਇੱਕ ਪਰਫਿਊਮ ਬਣਦੇ ਨੇ। ਹਾਂਜੀ ਤੇ ਪਰਫਿਊਮ ਮੈਨੂੰ ਬੜੇ ਪਸੰਦ ਨੇ। ਮੈਨੂੰ ਵੀ ਪਸੰਦ ਨੇ। ਮੈਨੂੰ ਹੋਰ ਕੁਛ ਨਹੀਂ ਪਸੰਦ ਪਰਫਿਊਮ ਬਹੁਤ ਪਸੰਦ ਹੈ। ਹਾਂਜੀ ਸੋ ਇਸ ਦਾ ਸਹੀ ਜਵਾਬ ਹੈ ਜੀ ਪਰਫਿਊਮ ਅਤੇ ਦਵਾਈਆਂ। ਹਾਂਜੀ ਹਾਂਜੀ ਵੀਰਪਾਲ ਜੀ ਆਪ ਜੀ ਦਾ ਅਗਲਾ ਸਵਾਲ। ਹਾਂਜੀ ਮੇਰਾ ਅਗਲਾ ਸਵਾਲ ਆ ਗੁਲਾਬ ਦੇ ਪਰਫਿਊਮ ਦਾ ਆਵਿਸ਼ਕਾਰ ਕਿਸ ਨੇ ਕੀਤਾ ਸੀ? ਮੈਂ ਕੀਤਾ ਸੀ। ਅੱਛਾ ਮੈਂ ਲਿਆਂਦਾ ਦੁਕਾਨ ਤੋਂ ਜਾ ਕੇ ਤੇ ਫਿਰ ਉਹ ਸਮਝ ਲਓ ਜਦ ਛਿੜਕਿਆ ਆਵਿਸ਼ਕਾਰ ਹੋ ਗਿਆ। ਅੱਛਾ ਕਿਤੇ ਮੈਂ ਕੱਢਿਆ ਖੋਜਿਆ ਉਹਨੂੰ ਵੀ ਕਿਹੜਾ ਚਾਹੀਦਾ ਮੈਨੂੰ ਤੇ ਫਿਰ ਦੁਕਾਨਦਾਰ ਨੇ ਵੀ ਕਿਤੋਂ ਲਿਆਂਦੀ ਹੋਊਗਾ। ਸੋ ਇਸ ਦਾ ਪਰਫਿਊਮ ਦੀ ਜਿਹੜੀ ਕਾਢ ਕੱਢੀ ਸੀ ਜੀ ਨੂਰ ਜਹਾਂ ਨੇ ਕੀਤੀ ਸੀ। ਹਾਂਜੀ 1612 ਵਿੱਚ ਆਪਣੇ ਵਿਆਹ ਦੇ ਸਮੇਂ। ਹਾਂਜੀ ਬਿਲਕੁਲ ਸਹੀ ਜਵਾਬ। ਹਾਂਜੀ ਹਾਂਜੀ ਸੋ ਇਸ ਦਾ ਸਹੀ ਜਵਾਬ ਹੈ ਜੀ ਨੂਰ ਜਹਾਂ। ਹਾਂਜੀ ਵੀਰਪਾਲ ਜੀ ਆਪ ਜੀ ਦਾ ਅਗਲਾ ਸਵਾਲ। ਹਾਂਜੀ ਮੇਰਾ ਅਗਲਾ ਸਵਾਲ ਆ ਗੁਲਾਬ ਦੀ ਖੇਤੀ ਕਿੱਥੇ ਕਿੱਥੇ ਹੁੰਦੀ ਹੈ? ਗੁਲਾਬ ਦੀ ਖੇਤੀ ਕਿੱਥੇ ਕਿੱਥੇ ਹੁੰਦੀ ਹੈ? ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਤਾਂ ਜਲਦੀ ਜਲਦੀ ਕਮੈਂਟ ਰਾਹੀਂ ਜ਼ਰੂਰ ਦੱਸੋ ਜੀ। ਸੋ ਮੇਰੇ ਖਿਆਲ ਚ ਜਿਹੜੀ ਗੁਲਾਬ ਦੀ ਖੇਤੀ ਹੈ ਇਹ ਹੁੰਦੀ ਹੈ ਜੀ ਉੱਤਰ ਪ੍ਰਦੇਸ਼। ਹਾਂਜੀ ਕਾਨਪੁਰ ਗਾਜ਼ੀਪੁਰ ਅਤੇ ਬਲੀਆ। ਹਾਂਜੀ ਸਹੀ ਹੈ ਜੀ। ਹਾਂਜੀ ਇਹਨਾਂ ਦੇਸ਼ਾਂ ਦੇ ਵਿੱਚ ਗੁਲਾਬ ਦੀ ਖੇਤੀ ਹੁੰਦੀ ਹੈ। ਸੋ ਇਸ ਦਾ ਜਵਾਬ ਹੈ ਜੀ ਕਾਨਪੁਰ ਗਾਜ਼ੀਪੁਰ ਬਲੀਆ ਅਤੇ ਉੱਤਰ ਪ੍ਰਦੇਸ਼। ਹਾਂਜੀ ਹਾਂਜੀ ਵੀਰਪਾਲ ਜੀ ਆਪ ਜੀ ਦਾ ਅਗਲਾ ਸਵਾਲ। ਹਾਂਜੀ ਮੇਰਾ ਅਗਲਾ ਸਵਾਲ ਹੈ ਗੁਲਾਬ ਦੀਆਂ ਪੱਤੀਆਂ ਅਤੇ ਸ਼ੱਕਰ ਤੋਂ ਕੀ ਬਣਦਾ ਹੈ?
गुलाब दियां पत्तियां ते शक्कर तो की बनता है, जल्दी तो करो कमेंट जी। सो गुलाब दी पत्तियां मैं लगता हर किसी नूं पता होना, कमेंटा दे विच नेरी आ जानी है। हाँ जी हाँ जी, क्योंकि हर किसी नूं मैं लगता पसंद भी हर किसी नूं है ना। हाँ हाँ, क्योंकि इहदी जिहड़ी खुशबू है ये चीज दी जिहड़ी चीज बनदी है इहदे च ते बहुत प्यारी जी हुंदी है, ते विच गुलाबां दी खुशबू तां हुंदी है। हाँ जी, सो गुलाब दियां पत्तियां तों बनदी है वीरपाल जी गुलाकंद। हाँ जी बिलकुल सही जवाब, गुलकंद बनदी है। सो इस सवाल दा सही जवाब है जी गुलाकंद। हाँ जी वीरपाल जी, आप जी दा अगला सवाल। हाँ जी, मेरा अगला ते आखरी सवाल आ। आखरी सवाल? हाँ जी। शुक्रा। गुलाब दे फूलां दा इस्तेमाल किथे-किथे हुंदा है? गुलाब दे फूलां दा इस्तेमाल किथे-किथे कीता जांदा है? हाँ जी। करो अपनी सुपर फिंगर दा इस्तेमाल ते जल्दी तो जल्दी करो कमेंट। सो ये तो मैं लगता हर किसी नूं पता होना, कमेंटा च नेरियां आ जानियां। हाँ जी, तां लिया दो नेरियां फिर। हाँ, ते हर किसी नूं पसंद भी है वीर जिहड़ा गुलाब दा फुल है ना। हाँ जी, हर एक नूं पसंद हुंदा। सो जिथे तक मैनूं पता है जी, गुलाब दे फुलां दी वरतों कीती जांदी है ब्याह शादियां वेले गड्डियां ते वलाउने आ। हाँ जी, ते मंडप हुंदे ने जिहड़े शादी वेले पंडित है ना। हाँ जी, हार वगैरह। हाँ, हार वगैरह वरमाला उहदे हुंदी है। ਤੇ ਆਪਣੇ ਗੁਰੂ ਸਾਹਿਬਾਨ ਹੁੰਦੇ ਨੇ ਜਿੱਥੇ ਸਥਾਨ ਹੁੰਦਾ, ਕੋਈ ਖਾਸ ਪ੍ਰੋਗਰਾਮ ਹੁੰਦਾ, ਉੱਥੇ ਵੀ ਗੁਰੂ ਗੁਲਾਬ ਦੇ ਫੁੱਲਾਂ ਨਾਲ ਸਜਾਵਟ ਕੀਤੀ ਹੁੰਦੀ ਹੈ। ਹਾਂਜੀ ਹਾਂਜੀ, ਸੋ ਸਹੀ ਹੈ ਜੀ ਇਹ ਸਾਰਾ ਕੁਝ? ਹਾਂਜੀ ਬਿਲਕੁਲ ਸਹੀ ਜਵਾਬ ਹੈ। ਹਾਂ, ਸੋ ਹੋਰ ਕੁਝ ਫਿਰ ਬਾਜੀ ਜੀ? ਬਸ ਮੇਰੇ ਇੰਨੇ ਸਵਾਲ ਸੀ। ਸੋ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਕਮੀ ਪੇਸ਼ੀ ਲੱਗੀ ਹੋਵੇ, ਕੋਈ ਗਲਤੀ ਹੋਵੇ ਹੱਥ ਜੋੜ ਕੇ ਮਾਫ਼ੀ ਚਾਹੁੰਦੇ ਹਾਂ। ਅੱਜ ਦੀ ਜੋ ਵੀ ਜਾਣਕਾਰੀ ਦਿੱਤੀ ਹੈ ਅਸੀਂ ਇੰਟਰਨੈਟ ਤੇ ਸਰਚ ਕਰਕੇ ਦਿੱਤੀ ਹੈ। ਸੋ ਅੱਜ ਦੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ, ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ।